ਕਬਲੀ ਵਾਲਿਆ ਨਬੀਆਂ ਦੀ ਉਹ ਸਫ ਜੰਦਰ ਜਿਵੇਂ ਤੂੰ ਸਜਿਆ ਕੋਈ ਸਜਿਆ ਹੀ ਨਹੀਂ ਸਾਰਾ ਨੂਰ ਜ਼ਹੂਰ ਹਜ਼ੂਰ ਦਾ ਏ ਐ ਸਾਰਾ ਨੂਰ ਜ਼ਹੂਰ ਹਜ਼ੂਰ ਦਾ ਏ ਉਹ ਬਿਨਾਂ ਨੂਰ ਕਿਵੇਂ ਕਾਇਨਾਤ ਹੁੰਦੀ ਨਾ ਇਹ ਚੰਨ ਤਾਰੇ ਕਾਰੋਬਾਰ ਸਾਰੇ ਨਾ ਉਹ ਦਿਨ ਹੁੰਦਾ ਨਾ ਉਹ ਰਾਤ ਹੁੰਦੀ ਨਾ ਜਿੰਨ ਮਲਾਇਕ ਨਾ ਨਬੀ ਹੁੰਦੇ ਨਾ ਇਹਨਾਂ ਦੀ ਕੋਈ ਸਫਾਤ ਹੁੰਦੀ ਨਾ ਹੁੰਦਾ ਦੀਵਾਨਿਆਂ ਰੱਬ ਜ਼ਾਹਿਰ ਜਿਹਨਾਂ ਪੈਦਾ ਮੁਹੰਮਦ ਦੀ ਜ਼ਾਤ ਹੁੰਦੀ ਖਾਲੀ ਨਾਮ ਦੇ ਨਾਲ ਨੇ ਜੇ ਇਸ਼ਕ ਹੁੰਦਾ ਉਹ ਬਿਨਾਂ ਜਾਲ ਸ਼ਿਕਾਰ ਨੇ ਫਸਣਾ ਹੀ ਨਹੀਂ ਆਵੇ ਨਜ਼ਰ ਮਾਸ਼ੂਕ ਤੇ ਆਸ਼ਕਾ ਨੇ ਲੌਲਾ ਕਲਮਾ ਕਰ ਨਸਣਾ ਹੀ ਨਹੀਂ ਜਿੰਨੀ ਦੇਰ ਨਾ ਖਸਮ ਕਬੂਲ ਕੀਤਾ ਚੁੱਕਾ ਕਿਸੇ ਸਵਾਣੀ ਦਾ ਵਸ ਨਹੀਂ ਪਿੰਡ ਦੇ ਕਾਰੀ ਸਾਹਿਬ ਕੋਲ ਗਿਆ ਤੇ ਮੈਂ ਕਾਰੀ ਸਾਹਿਬ ਨੂੰ ਆਖਿਆ ਕਾਰੀ ਸਾਹਿਬ ਜੀ ਅੱਲਾ ਨੂੰ ਮਿਲਣਾ ਹੋਵੇ ਮਾਰਫਤ ਵਾਲਿਆਂ ਵਾਸਤੇ ਗੱਲ ਵੀ ਉਸ ਕਰ ਲਈ ਜੇ ਅੱਲਾ ਨੂੰ ਮਿਲਣਾ ਹੋਵੇ ਤੂੰ ਆਂਦੇ ਨੇ ਬੇਟਾ ਤੋਬਾ ਕਰ ਵੋ ਨਾ ਮਕਾਂ ਹੈ ਕੋਈ ਮਕਾਂ ਨਹੀਂ ਰੱਖਦਾ ਤੇ ਆਖਿਆ ਜੇ ਗੱਲ ਗੁਫ਼ਤਗੂ ਸੁਣਨੀ ਹੋਵੇ ਹਾਂ ਕਲਾਮ ਕਰਤਾ ਹੈ ਲੇਕਿਨ ਜ਼ੁਬਾਨ ਨਹੀਂ ਰੱਖਦਾ
ਤੇ ਜੇ ਫਿਰ ਡਾਇਰੈਕਟ ਗੱਲ ਹੋਣੀ ਚਾਹੀਦੀ। ਉਹਨਾਂ ਆਖਿਆ ਬੇਟਾ ਵੋ ਹਰ ਜਗ੍ਹਾ ਹੈ ਲੇਕਿਨ ਨਿਸ਼ਾਨ ਨਹੀਂ ਰੱਖਦਾ, ਖੁਦਾ ਕੀ ਸ਼ਾਨ ਕੋ ਸਮਝੇ ਕੋਈ ਖੁਦਾ ਵਾਲਾ। ਵੋ ਹਰ ਜਗ੍ਹਾ ਹੈ ਲੇਕਿਨ ਨਿਸ਼ਾਨ ਨਹੀਂ ਰੱਖਦਾ, ਜ਼ਿਕਰ ਵੀ ਪਾਕਾਂ ਦਾ ਹੋ ਰਿਹਾ। ਸਾਰੇ ਬੁਲੰਦ ਆਵਾਜ਼ ਨਾਲ ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਹੈਦਰੀ। ਨਾਤ ਕਸੀਦਾ ਇੰਜ ਸੁਣੋ, ਫਰਮਾਨੇ ਮੁਹੰਮਦ ਮੁਸਤਫਾ ਸਾਡੇ ਅੱਗੇ ਹੱਥ ਬੰਨ ਕੇ ਆਰਜ਼ੂ ਹੈ ਕਿ ਇਹ ਜ਼ਿਕਰ ਪਾ ਕੇ ਇੰਜ ਸੁਣੋ ਜਿਵੇਂ ਸੁਣਨ ਦਾ ਹੱਕ ਹੈ। ਬਕਾਇਆ ਕੁਆਲੀ ਮੇਰੀ ਭਾਵੇਂ ਨਾ ਸੁਣੋ, ਰੌਲੇ ਪਾਇਆ ਜੇ ਮੈਂ ਅਤੇ ਨਾਤ ਕਸੀਦਾ ਜਿਹੜਾ ਅਦਬ ਨਾਲ ਸੁਣ ਲਓ ਮਿਹਰਬਾਨੀ। दीवाना उसे कहते हैं जिसे होश ना हो, दीवाना उसे कहते हैं राजा साहेब, दीवाना उसे कहते हैं जिसे होश ना हो। दीवाने किसी घर की वकालत नहीं करते। अरे जाओ जाओ मेरे बहलोल को पागल ना कहो, पागल कभी जन्नत की तजारत नहीं करते। पागल कभी जन्नत की तजारत नहीं करते। जनाबे बहलोल, जनाबे बहलोल, हुकूमत लो खर्चा मिलता सी, जनाबे बहलोल ने कम की करना, ओदी न्याज लैनी ते बच्चों नू आखना जाओ गली गली जाके आखो न्याज लैनी ते बच्चों च तकसीम करके डॉक्टर साहब आखना जाओ गली गली जाके आखो मुहम्मद सच ने ते या इली हक ने, मुहम्मद सच ते या इली। उन्हां बच्चियां न्याज खानी ते गली गली जाके विरद पकाना, गली गली विरद पकाना ते हुकूमत ने खर्चा बंद कर दिता। उन्हां क्या गल सुनो, खर्चा असीं देने आ ना पंजा बारह का लैंदा, खर्चा बंद हो गया। सरकार ने उधरों ठीकरी उठाई, उधर लिखा ए इमाम रजा माला हुकूमत ने मेरा खर्चा रोक दिता, हुण मैनू की करना चाहिए। मेरे पाक मौला ने मुताहिर मौला ने दूसरी साइड पर लिखा, बहलोल परेशान ना हो, खर्चियों मर्चियों थोड़ जाए, जन्नत बेच लिया कर। जनाबे बहलोल सुबह उठे बेच लिया कर, सुबह उठे रेत के कोठे बनाने शुरू कर दिते। हारून रशीद आए,
ਰੇਤੇ ਕੋਠੇ ਬਣਾਉਣੇ ਸ਼ੁਰੂ ਕਰ ਦਿੱਤੇ। ਹਾਰੂਨ ਰਸ਼ੀਦ ਦੀ ਬੀਵੀ ਜ਼ੁਬੈਦਾ ਆਈ, ਆ ਕੇ ਕਹਿਣ ਲੱਗੀ ਦੀਵਾਨਿਆ ਮਸਤਾਨਿਆ, ਇਹ ਕੀ ਆਖਿਆ ਜੰਨਤ? ਆਖਿਆ ਇਹ ਜੰਨਤ ਹੈ? ਆਖਿਆ ਹਾਂ ਇਹ ਜੰਨਤ ਹੈ। ਆਖਿਆ ਜੇ ਜੰਨਤ ਹੈ ਤੇ ਫਿਰ ਮੈਨੂੰ ਇੱਕ ਘਰ ਦੇ, ਤੇ ਇਹਦੀ ਕੀਮਤ ਕੀ? ਆਖਿਆ ਤੇਰੇ ਗਲੇ ਦਾ ਨਾਂ ਲੱਖਾ ਹਾਰ। ਉਹਨੇ ਹਾਰ ਉਤਾਰਿਆ, ਪੇਸ਼ ਕਰ ਦਿੱਤਾ। ਉਹਨੇ ਰੇਤ ਉਹਦੀ ਝੋਲੀ 'ਚ ਪਾਈ, ਔਰ ਰੇਤ ਝੋਲੀ 'ਚ ਪਾ ਕੇ ਘਰ ਨੂੰ ਚਲੀ ਗਈ। ਅਤੇ ਉਹਦੇ ਸ਼ੌਹਰ ਨੇ ਪੁੱਛਿਆ ਕੀ? ਉਹਨੇ ਆਖਿਆ ਜੰਨਤ। ਉਹਨੇ ਆਖਿਆ ਪਾਗਲੇ, ਉਹ ਰੇਤਾਂ ਦੇ ਵਿੱਚ ਵੀ ਜੰਨਤ ਹੁੰਦੀ? ਉਹ ਰੇਤਾਂ ਹੀ ਤਾਂ ਜੰਨਤ ਹੀ ਨਹੀਂ ਹੁੰਦੀ, ਤੂੰ ਪੀਆਂ ਨਹੀਂ ਹੈ ਜੰਨਤ। ਉਹਨੇ ਆਖਿਆ ਮੇਰੀਆਂ ਨਜ਼ਰਾਂ ਨਾਲ ਵੇਖ ਤੇ ਮੇਰੀ ਅਕਲ ਨਾਲ ਸੋਚ। ਉਹਨੇ ਆਖਿਆ ਕੀ ਵੇਖਾਂ? ਉਹਨੇ ਆਖਿਆ ਆਹ ਦਿਨ ਦੱਸਾਂ ਮੈਂ ਬਗਦਾ ਬੈਠੇ ਸੁਭਾਨ ਅੱਲਾਹ ਬੰਦਾ ਹੂੰ ਮੈਂ ਪਾਇਦਾ ਨਹੀਂ ਤੇ ਪੀਰ ਮੇਰੇ
जिन्हें